ਡਾਕਟਰ ਇਹਨਾਂ ਸਮੂਹ ਗੁਣਾਂ ਦੇ ਕਥਨਹਾਰਾ ਜੋ ਹੈ, ਗੁਣਾਂ ਦੇ ਸਮੂਹ ਦਾ ਜੋ ਮਾਲਕ ਹੈ, ਸੋ ਮੈਂ ਹਾਂ, ਜੋ ਨਿਰੋਲ ਉਕਤ ਗੁਣਾਂ ਤੋਂ ਨਿਆਰਾ ਅਤੇ ਭਿੰਨ ਸਰੂਪ ਵਜੂਦ ਵਾਲਾ ਹਾਂ। ਸਿੰਘ, ਇਹ ਵੀ ਜੋ ਆਪਨੇ ਕਥਨ ਕੀਤੇ ਹਨ ਆਪ ਦੇ ਹੋਰ ਗੁਣ ਹਨ, ਅਰਥਾਤ ਸਮੂਹ ਗੁਣਾਂ ਦੇ ਕਥਨਹਾਰਾ ਵੀ ਇੱਕ ਗੁਣ ਹੈ ਅਤੇ ਗੁਣਾਂ ਦੇ ਸਮੂਹ ਦਾ ਮਾਲਕ ਵੀ ਇੱਕ ਗੁਣ ਹੈ। ਆਪ ਦਾ ਭਿੰਨ ਸਰੂਪ ਤਾਂ ਤਦ ਵੀ ਸੂਚਨ ਨਾ ਹੋਇਆ, ਜੋ ਕੁਝ ਹੁਣ ਤਾਈਂ ਸੂਚਨ ਹੋਇਆ ਹੈ ਸੋ ਕੇਵਲ ਗੁਣ ਹੀ ਗੁਣ ਹਨ, ਗੁਣਾਂ ਤੋਂ ਭਿੰਨ ਹੋਰ ਕੁਝ ਵੀ ਨਹੀਂ। ਬਸ ਪ੍ਰਤੀਤ ਤੇ ਸਿੱਧ ਹੋਇਆ ਕਿ ਆਪ ਦਾ ਸਰੂਪ ਜੋ ਕੁਝ ਹੈ ਸੋ ਉਕਤ ਸੂਚਨ ਹੋਏ ਗੁਣ ਹੀ ਗੁਣ ਹਨ, ਗੁਣਾਂ ਤੋਂ ਵੱਖ ਆਪ ਕੋਈ ਵਸਤੂ ਨਹੀਂ ਹੋ। ਡਾਕਟਰ, ਨਹੀਂ ਕਿਉਂ ਜੀ, ਮੈਂ ਇਹਨਾਂ ਗੁਣਾਂ ਤੋਂ ਵੱਖ ਅਤੇ ਨਿਰਾਲਾ ਆਪਣੇ ਆਪ ਨੂੰ ਅਨੁਭਵ ਕਰਨ ਹਾਰਾ ਸੈਲਫ ਕੌਂਸ਼ੀਅਸ ਇਨਸਾਨ ਹਿਊਮਨ ਬੀਇੰਗ ਹਾਂ। ਚਾਹੇ ਉਕਤ ਗੁਣ ਮੇਰੇ ਅੰਦਰ ਨਾ ਹੀ ਹੋਣ, ਪਰ ਮੇਰੀ ਅਨੁਭਵ ਸ਼ਕਤੀ ਦੁਆਰਾ ਮੈਂ ਫੇਰ ਵੀ ਨਿਰਾਲਾ ਆਪਣੇ ਆਪ ਨੂੰ ਪ੍ਰਤੀਤ ਹੋਵਾਂਗਾ। ਸਿੰਘ, ਇਸ ਤੋਂ ਇਤਨੀ ਸੂਝ ਹੋਰ ਲੱਗ ਗਈ ਕਿ ਆਪ ਆਪਣੇ ਅਨੁਭਵ ਦੁਆਰਾ ਆਪਣੇ ਆਪ ਨੂੰ ਹੀ ਪ੍ਰਤੀਤ ਹੋਣ ਵਾਲੇ ਵਜੂਦ ਸੈਲਫ ਕੌਂਸ਼ੀਅਸ ਬੀਇੰਗ ਹੋ। ਇਹ ਵੀ ਆਪ ਦਾ ਇੱਕ ਹੋਰ ਗੁਣ ਹੈ, ਪਰੰਤੂ ਆਪ ਦੇ ਵਜੂਦ ਦਾ ਨਿਰਾਲਾਪਣ ਤਦ ਵੀ ਸਿੱਧ ਨਾ ਹੋਇਆ। ਡਾਕਟਰ, ਕਿਉਂ ਨਾ ਹੋਇਆ, ਜਦ ਮੈਂ ਕਹਿੰਦਾ ਹਾਂ ਕਿ ਮੈਂ ਨਿਰਾਲਾ ਹਾਂ। ਸਿੰਘ, ਆਪ ਦਾ ਨਿਰਾ ਕਹੀ ਜਾਣਾ ਕਿ ਨਿਰਾਲਾ ਹਾਂ ਕੇਵਲ ਇਹ ਅਰਥ ਰੱਖਦਾ ਹੈ ਕਿ ਆਪ ਆਪਣੇ ਆਪ ਨੂੰ ਆਪਣੇ ਗੁਣਾਂ ਤੋਂ ਨਿਰਾਲਾ ਕਹੀ ਜਾਣ ਵਾਲੇ ਹੋ, ਅਰਥਾਤ ਹੋਰ ਗੁਣਾਂ ਦੇ ਨਾਲ ਲੱਗਦਾ ਇੱਕ ਗੁਣ ਇਹ ਵੀ ਹੈ ਕਿ ਆਪ ਆਪਣੇ ਆਪ ਨੂੰ ਆਪਣੇ ਗੁਣਾਂ ਤੋਂ ਨਿਰਾਲਾ ਕਹਿਣ ਵਾਲੇ ਹੋ, ਜਾਂ ਫਿਰ ਬਹੁਤੀ ਗੱਲ ਇਉਂ ਕਹਿ ਲਓ ਕਿ ਆਪ ਉਹ ਵਸਤੂ ਹੋ ਜੋ ਆਪਣੇ ਗੁਣਾਂ ਤੋਂ ਨਿਰਾਲੇ ਹੋ। ਇਸ ਭਾਖਿਆ ਨੇ ਵੀ ਤਾਂ ਇਹੀ ਸਿੱਧ ਕੀਤਾ ਕਿ ਆਪ ਦਾ ਆਪਣੇ ਗੁਣਾਂ ਤੋਂ ਨਿਰਾਲੇ ਹੋਣਾ ਵੀ ਇੱਕ ਆਪ ਦਾ ਗੁਣ ਹੈ, ਪਰੰਤੂ ਇਸ ਗੁਣ ਤੋਂ ਭਿੰਨ ਤਾਂ ਫਿਰ ਵੀ ਆਪ ਦਾ ਨਿਰਾਲਾ ਸਰੂਪ ਨਿਰੂਪਣ ਨਾ ਹੋਇਆ। ਜੇ ਕੋਈ ਨਿਰਾਲਾ ਸਰੂਪ ਆਪ ਆਪਣਾ ਮੰਨਦੇ ਹੋ ਤਾਂ ਮੈਨੂੰ ਵੀ ਜਣਾ ਦਿਓ, ਬੜੀ ਕਿਰਪਾ ਹੋਵੇਗੀ। ਡਾਕਟਰ, ਮੈਂ ਆਪ ਨੂੰ ਜਣਾ ਨਹੀਂ ਸਕਦਾ। ਸਿੰਘ, ਆਪ ਖੁਦ ਆਪਣੇ ਸਰੂਪ ਨੂੰ ਜਾਣਦੇ ਹੋ? ਡਾਕਟਰ, ਹਾਂ ਮੈਂ ਜਾਣਦਾ ਹਾਂ। ਸਿੰਘ, ਤਾਂ ਵੱਡੇ ਸ਼ੋਕ ਤੇ ਅਸਚਰਜ ਦੀ ਗੱਲ ਹੈ ਕਿ ਜਿਸ ਵਸਤੂ ਨੂੰ ਕੋਈ ਖੁਦ ਜਾਣਦਾ ਹੋਵੇ ਉਸ ਨੂੰ ਦੂਸਰੇ ਤਾਂ ਹੀ ਜਣਾ ਨਾ ਸਕੇ। ਸੋ ਸਾਫ ਗੱਲ ਤਾਂ ਇਹੋ ਹੀ ਦੱਸਦੀ ਹੈ ਕਿ ਆਪ ਜਾਣਦੇ ਹੀ ਨਹੀਂ। ਡਾਕਟਰ, ਅਸਲ ਗੱਲ ਤਾਂ ਇਹੋ ਹੈ ਕਿ ਜਿਸ ਨੂੰ ਜਾਣਨਾ ਆਖਦੇ ਹਨ, ਜਾਣਨਾ ਅਰਥਾਤ ਪੰਜ ਗਿਆਨ ਇੰਦਰੇ ਦੁਆਰਾ ਜਾਣਨਾ, ਟੂ ਨੋ ਔਰ ਪਰਸੀਵ ਬਾਈ 5 ਸੈਂਸਿਸ, ਅਜਿਹੀ ਜਾਣਨੀ ਤਾਂ ਮੈਂ ਆਪਣੇ ਸਰੂਪ ਨੂੰ ਕੋਈ ਅਲੱਗ ਵਸਤੂ ਉਕਤ ਕਥੇ ਗੁਣਾਂ ਤੋਂ ਭਿੰਨ ਜਾਣਦਾ ਨਹੀਂ। ਹਾਂ, ਮੈਂ ਇਤਨਾ ਅਨੁਭਵ ਫੀਲ ਜਾਂ ਕੰਸੀਵ ਤਾਂ ਕਰਦਾ ਹਾਂ ਕਿ ਮੇਰਾ ਸਰੂਪ ਉਕਤ ਗੁਣਾਂ ਤੋਂ ਭਿੰਨ ਜ਼ਰੂਰੀ ਕੋਈ ਅਟੰਕ ਵਜੂਦ ਹੈ। ਸਿੰਘ, ਪਰ ਕੀ ਆਪ ਇੰਨੀ ਗੱਲ ਵੀ ਅਨੁਭਵ ਕਰਦੇ ਹੋ ਕਿ ਆਪ ਦੇ ਇਸ ਅਨੁਭਵ ਕੀਤੇ ਵਜੂਦ ਦੇ ਕੋਈ ਗੁਣ ਨਹੀਂ ਹੋਣਗੇ? ਡਾਕਟਰ, ਮੈਂ ਕੀ ਆਖ ਸਕਦਾ ਹਾਂ, ਜੋ ਵਜੂਦ ਹੀ ਗੁਪਤ ਹੈ ਉਸ ਦੇ ਗੁਣਾਂ ਦੀ ਮੈਨੂੰ ਕੀ ਗਿਆਤ ਹੋ ਸਕਦੀ ਹੈ? ਸਿੰਘ, ਆਪ ਇਤਨਾ ਤਾਂ ਅਨੁਮਾਨ ਮਾਤਰ ਅਨੁਭਵ ਕਰ ਸਕਦੇ ਹੋ ਕਿ ਆਪ ਦੇ ਅਨੁਭਵ ਕੀਤੇ ਵਜੂਦ ਦਾ ਕੋਈ ਸਰੂਪ ਤਾਂ ਜ਼ਰੂਰ ਹੋਣਾ ਹੈ। ਡਾਕਟਰ, ਉਸ ਦਾ ਸਰੂਪ ਤਾਂ ਕੋਈ ਜ਼ਰੂਰ ਹੋਣਾ ਚਾਹੀਏ, ਨਹੀਂ ਤਾਂ ਵਜੂਦ ਤੋਂ ਹੀ ਮੁਕਰਨਾ ਪਵੇਗਾ। ਸਿੰਘ, ਜੇ ਤਾਂ ਉਸ ਦਾ ਕੋਈ ਸਰੂਪ ਹੈ ਤਾਂ ਜੋ ਕੁਝ ਵੀ ਸਰੂਪ ਹੈ ਉਹੀ ਉਸ ਦੇ ਗੁਣ ਹਨ। ਗੱਲ ਕੀ
ਕਿਸੇ ਵੀ ਪ੍ਰਾਣੀ ਦਾ ਵਜੂਦ ਉਸ ਦੇ ਗੁਣਾਂ ਤੋਂ ਭਿੰਨ ਨਹੀਂ ਹੋ ਸਕਦਾ, ਚਾਹੇ ਉਹ ਵਜੂਦ ਪ੍ਰਗਟ ਹੋਵੇ ਚਾਹੇ ਗੁਪਤ। ਪ੍ਰਗਟ ਵਜੂਦ ਕੇਵਲ ਪ੍ਰਗਟ ਗੁਣਾਂ ਦਾ ਸਮੂਹ ਐਮਬੋਡੀਮੈਂਟ ਹੈ ਅਤੇ ਗੁਪਤ ਵਜੂਦ ਗੁਪਤ ਗੁਣਾਂ ਦੀ ਗੰਠੜੀ ਹੈ। ਹਰ ਹਾਲਤ ਵਿੱਚ ਕੋਈ ਵਜੂਦ ਗੁਣਾਂ ਤੋਂ ਭਿੰਨ ਨਹੀਂ, ਗੁਣਾਂ ਤੋਂ ਭਿੰਨ ਕਿਸੇ ਵਜੂਦ ਦਾ ਹੋਣਾ ਹੀ ਅਸੰਭਵ ਹੈ। ਡਾਕਟਰ, ਬੇਸ਼ੱਕ ਐਸਾ ਹੀ ਜਾਪਦਾ ਹੈ, ਪਰੰਤੂ ਮੈਨੂੰ ਵੱਡੀ ਹੈਰਾਨੀ ਇਸ ਗੱਲ ਦੀ ਹੋ ਰਹੀ ਹੈ ਕਿ ਇੱਥੇ ਡਾਕਟਰ ਜੀ ਕੁਝ ਵਿਸਮਾਤ ਦੀ ਹਾਲਤ ਵਿੱਚ ਹੋ ਕੇ ਚੁੱਪ ਹੋ ਗਏ ਅਤੇ ਅਗਾਹਾਂ ਬੋਲਣੋਂ ਰੁਕ ਗਏ। ਤਿਸ ਪਰ ਸਿੰਘ ਹੋਰਾਂ ਨੇ ਕਿਹਾ, ਸਿੰਘ, ਹੈਰਾਨੀ ਕਿਸ ਗੱਲ ਦੀ ਆਪ ਨੂੰ ਹੋ ਰਹੀ ਹੈ? ਡਾਕਟਰ, ਇਸ ਗੱਲ ਦੀ ਕਿ ਮੈਂ ਵਾਸਤਵ ਵਿੱਚ ਸੱਚਮੁੱਚ ਕੁਝ ਵੀ ਨਹੀਂ, ਹੁਣ ਤਾਈ ਮੈਂ ਆਪਣੇ ਆਪ ਨੂੰ ਕੁਝ ਬਣਾਈ ਬੈਠਾ ਸੀ, ਪਰ ਖੋਜ ਕੀਤੀ ਤਾਂ ਵਿੱਚੋਂ ਕੁਝ ਵੀ ਨਾ ਨਿਕਲਿਆ। ਕਿਆ ਮੇਰਾ ਸਰੂਪ ਕੁਝ ਵੀ ਨਹੀਂ? ਸਿੰਘ, ਜੋ ਕੁਝ ਆਪ ਨੂੰ ਹੁਣ ਤਾਈ ਪ੍ਰਤੀਤ ਹੁੰਦਾ ਰਿਹਾ ਹੈ, ਇਹ ਆਪ ਦਾ ਸਰੂਪ ਬਿਲਕੁਲ ਨਹੀਂ। ਆਪ ਦਾ ਅਸਲੀ ਸਰੂਪ ਜੋ ਹੈ, ਉਸ ਨੂੰ ਆਪ ਨੇ ਹੁਣ ਤਾਈ ਲੱਖਿਆ ਨਹੀਂ, ਕੇਵਲ ਅਨੁਮਾਨ ਮਾਤਰ ਹੀ ਆਪ ਅਨੁਭਵ ਕਰਦੇ ਹੋ, ਫੀਲ ਜਾਂ ਕੰਸੀਵ ਕਰਦੇ ਹੋ। ਡਾਕਟਰ, ਇਹ ਉਸ ਤੋਂ ਵੀ ਅਧਿਕ ਅਸਚਰਜ ਵਾਲੀ ਗੱਲ ਹੈ ਕਿ ਮੈਂ ਆਪਣੇ ਅਸਲੀ ਸਰੂਪ ਤੋਂ ਹੁਣ ਤੀ ਕੋਰਾ ਅਗਿਆਤ ਹੀ ਹਾਂ, ਹਾਲਾਂਕਿ ਮੇਰੀ ਉਮਰ 30 ਸਾਲ ਤੋਂ ਵੀ ਟੱਪ ਗਈ ਅਤੇ 40 ਨੂੰ ਢੁੱਕਣ ਲੱਗੀ ਹੈ। ਹੁਣ ਇਹ ਗੱਲ ਤਾਂ ਮੈਨੂੰ ਪੂਰਨ ਤੌਰ ਤੇ ਨਿਸ਼ਚਿਤ ਹੋ ਚੁੱਕੀ ਹੈ ਕਿ ਮੇਰਾ ਸਰੂਪ ਹੈ ਸਹੀ, ਅਤੇ ਇਸ ਨਿਸ਼ਚੇ ਦੇ ਹੁੰਦਿਆਂ ਮੈਂ ਇਸ ਗੱਲ ਦੀ ਭਲੀ ਬਿਦ ਪ੍ਰਤੀਤ ਕਰਦਾ ਅਤੇ ਜਾਣਦਾ ਹਾਂ ਕਿ ਮੈਂ ਆਪਣੇ ਉਕਤ ਸਰੂਪ ਨੂੰ ਜਾਣਦਾ ਫੇਰ ਵੀ ਨਹੀਂ। ਨਿਰਾ ਅਨੁਮਾਨ ਮਾਤਰ ਹੀ ਇਹ ਨਿਸ਼ਚਾ ਬੱਝ ਗਿਆ ਹੈ ਕਿ ਮੇਰਾ ਸਰੂਪ ਜ਼ਰੂਰ ਹੈ। ਇਹ ਪਤਾ ਨਹੀਂ ਕਿ ਕੈਸਾ ਹੈ ਜਾਂ ਕੀ ਹੈ। ਪਰੰਤੂ ਸਭ ਤੋਂ ਵੱਡੀ ਅਸਚਰਜਤਾ ਹੁਣ ਇਹ ਵਿਆਪ ਰਹੀ ਹੈ ਕਿ ਮੇਰੇ ਇਸ ਆਪਣੇ ਅਸਲੀ ਸਰੂਪ ਤੋਂ ਅਗਿਆਤ ਹੋਣ ਦਾ ਕਾਰਨ ਕੀ ਹੈ, ਅਰਥਾਤ ਉਹ ਕੀ ਕਾਰਨ ਹੈ ਜਿਸ ਕਰਕੇ ਮੈਨੂੰ ਆਪਣੇ ਅਸਲੀ ਸਰੂਪ ਦਾ ਗਿਆਨ, ਨੌਲੇਜ ਨਹੀਂ। ਕੀ ਆਪ ਕਿਰਪਾ ਕਰਕੇ ਮੇਰੀ ਹੈਰਾਨਗੀ ਦੀ ਇਹ ਘੁੰਡੀ ਸੁਲਝਾ ਸਕਦੇ ਹੋ ਅਤੇ ਮੈਨੂੰ ਦੱਸ ਸਕਦੇ ਹੋ ਕਿ ਕਾਰਨ ਕੀ ਹੈ? ਮੈਂ ਇਸ ਦੇ ਨਾ ਲੱਭਣ ਖੁਣੋਂ ਬਹੁਤ ਤੰਗ ਆ ਰਿਹਾ ਹਾਂ ਅਤੇ ਘਬਰਾ ਗਿਆ ਹਾਂ। ਸਿੰਘ, ਇਸ ਦਾ ਪ੍ਰਤੱਖ ਕਾਰਨ ਕੇਵਲ ਉਹ ਭਰਮ ਭੁਲਾਵਾ ਹੈ ਜਿਸ ਨੇ ਆਪ ਨੂੰ ਹੁਣ ਤਾਈ ਇਸ ਗੱਲ ਵਿੱਚ ਭਰਮਾ ਛੱਡਿਆ ਸੀ ਕਿ ਮੈਂ ਕੁਝ ਹਾਂ। ਇਹ ਭਰਮ ਭੁਲਾਵਾ ਹਉਮੈ ਦਾ ਰੋਗ ਹੈ ਜੋ ਆਪ ਦਾ ਅਸਲ ਸਰੂਪ ਇਸ ਹਉਮੈ ਵਿੱਚ ਰਸਿਆ ਤੇ ਰੁਲਿਆ ਫਿਰਦਾ ਹੈ ਅਤੇ ਇਸ ਹਉਮੈ ਦੇ ਧੁੰਦ ਅਤੇ ਦੁੰਦ ਵਿੱਚ ਹੀ ਧੁੰਦਲਾਇਆ ਤੇ ਭਟਕਦਾ ਫਿਰਦਾ ਹੈ। ਡਾਕਟਰ, ਪਰੰਤੂ ਉਹ ਭਰਮ ਭੁਲਾਵਾ ਤਾਂ ਹੁਣ ਮੇਰਾ ਮਿਟ ਗਿਆ ਕਿ ਮੈਂ ਕੁਝ ਹਾਂ, ਅਰਥਾਤ ਜਿਸ ਨੂੰ ਮੈਂ ਆਪਣਾ ਸਰੂਪ ਸਮਝਦਾ ਸੀ ਉਹ ਸੱਚਮੁੱਚ ਹੀ ਮੇਰੀ ਹਉਮੈ ਹੀ ਨਿਕਲੀ। ਮੈਨੂੰ ਪ੍ਰਤੀਤ ਹੋ ਚੁੱਕੀ ਹੈ, ਫਿਰ ਕੀ ਕਾਰਨ ਹੈ ਕਿ ਮੈਂ ਆਪਣੇ ਅਸਲੀ ਸਰੂਪ ਨੂੰ ਨਹੀਂ ਜਾਣ ਪਛਾਣ ਸਕਦਾ? ਸਿੰਘ, ਅਸਲ ਗੱਲ ਇਹ ਹੈ ਕਿ ਜਿਸ ਨੂੰ ਆਪ ਭਰਮ ਭੁਲਾਵਾ ਮਿਟ ਜਾਣਾ ਆਖਦੇ ਹੋ, ਵਾਸਤਵ ਵਿੱਚ ਮਿਟਿਆ ਨਹੀਂ, ਉਸ ਦੀ ਧੁੰਦ ਗੁਬਾਰ ਵਿੱਚ ਆਪ ਅਜੇ ਵੀ ਫਿਰ ਰਹੇ ਹੋ। ਡਾਕਟਰ, ਧੁੰਦ ਗੁਬਾਰ ਹੁੰਦੀ ਤਾਂ ਮੈਨੂੰ ਇਹ ਕਿਉਂ ਭਾਸਦਾ ਕਿ ਮੇਰਾ ਅਸਲੀ ਸਰੂਪ ਹੋਰ ਹੈ? ਸਿੰਘ, ਆਪ ਨੂੰ ਅਜੇ ਭਾਸਿਆ ਹੀ ਹੈ ਨਾ, ਪ੍ਰਤੱਖ ਤਾਂ ਨਹੀਂ ਨਾ ਹੋਇਆ। ਜਦ ਤੱਕ ਉਹ ਸਰੂਪ ਆਪ ਨੂੰ ਪ੍ਰਤੱਖ ਨਹੀਂ ਹੁੰਦਾ, ਉਦੋਂ ਤੀਕਰ ਆਪ ਧੁੰਦ ਗੁਬਾਰ ਵਿੱਚ ਫਿਰਦੇ ਹੀ ਕਹੇ ਜਾਓਗੇ ਅਤੇ ਉਹ ਸਰੂਪ ਆਪ ਨੂੰ ਹਉਮੈ ਦਾ ਅਭਾਵ ਹੋਣ ਪਰ ਹੀ ਪ੍ਰਤੱਖ ਹੋਣਾ ਹੈ। ਡਾਕਟਰ,
ਹਉਮੈ ਦਾ ਭਾਵ ਹੋ ਗਿਆ ਤਾਂ ਉਸ ਰੂਪ ਨੂੰ ਦੇਖੇਗਾ ਕੌਣ? ਸਿੰਘ ਉਹੀ ਦੇਖੇਗਾ ਜੋ ਕਿ ਇਸ ਹਉਮੈ ਦੇ ਅਭਾਵ ਹੋਣ ਪਸ਼ਚਾਤ ਬਾਕੀ ਰਹੇਗਾ। ਡਾਕਟਰ ਬਾਕੀ ਤਾਂ ਅਸਲੀ ਸਰੂਪ ਰਹੇਗਾ, ਸਿੰਘ ਬਸ ਉਹੀ ਸਰੂਪ ਉਸਨੂੰ ਦੇਖੇਗਾ। ਡਾਕਟਰ ਕੀ ਕੁਝ ਸਮਝ ਵਿੱਚ ਨਹੀਂ ਆਉਂਦਾ? ਸਿੰਘ ਆਪ ਦੀ ਇਸ ਸਮਝ ਅੰਦਰ ਇਹ ਭੇਦ ਨਹੀਂ ਆ ਸਕਦਾ, ਕਿਉਂਕਿ ਇਹ ਸਮਝ ਕੇਵਲ ਆਪ ਦੇ ਇੱਤਰ ਸਰੂਪ ਹਉਮੈ ਦੀ ਹੀ ਅੰਸ਼ ਹੈ। ਆਪ ਦੇ ਉਸ ਸਰੂਪ ਦਾ ਸਾਖੀ ਕੇਵਲ ਉਹ ਸਰੂਪ ਹੀ ਹੋਵੇਗਾ। ਡਾਕਟਰ ਤਦ ਤਾਂ ਇਹੀ ਕਹੋ ਕਿ ਮੈਂ ਨਾ ਜਿਸਮਾਨੀ ਅੱਖਾਂ ਆਈਜ਼ ਆਫ ਫਲੈਸ਼ ਨਾਲ ਉਸ ਰੂਪ ਨੂੰ ਨਹੀਂ ਦੇਖ ਸਕਾਂਗਾ। ਸਿੰਘ ਬਿਲਕੁਲ ਠੀਕ, ਐਨ ਇਹੋ ਗੱਲ ਹੈ। ਡਾਕਟਰ ਨਾ ਹੀ ਇਸ ਬੁੱਧੀ ਜਾਂ ਅਕਲ ਨਾਲ ਉਸ ਰੂਪ ਨੂੰ ਦੇਖਿਆ ਜਾ ਸਕਦਾ ਹੈ? ਸਿੰਘ ਹਰਗਿਜ਼ ਨਹੀਂ, ਕਦਾਚਿਤ ਨਹੀਂ, ਚਾਹੇ ਸਾਰੀ ਉਮਰ ਸੋਚ ਵਿਚਾਰ ਇਸ ਬੁੱਧੀ ਦੁਆਰਾ ਕਰੀ ਜਾਓ। ਡਾਕਟਰ ਹੈ ਤਾਂ ਇਹ ਗੱਲ ਮੰਨਣ ਯੋਗ, ਰੀਜ਼ਨੇਬਲ, ਪਰ ਫੇਰ ਵੀ ਉਸ ਰੂਪ ਦਾ ਗਿਆਨ ਹੋਵੇ ਤਾਂ ਕਿਉਂ ਕਰ ਹੋਵੇ? ਖੋਜ ਵਿਚਾਰ ਦੁਆਰਾ ਤਾਂ ਉਸ ਦੀ ਪ੍ਰਾਪਤੀ ਹੋ ਸਕਦੀ ਨਾ ਹੋਈ ਤਾਂ ਕੀ ਚੁੱਪ ਹੀ ਵੱਟੀ ਜਾਵੇ? ਸਿੰਘ ਚੁੱਪ ਵੱਟੇ ਤੇ ਕਿਹੜਾ ਗਿਆਨ ਹੋਣ ਲੱਗਾ ਹੈ, ਅਤੇ ਨਾ ਹੀ ਵਿਚਾਰ ਸ਼ਕਤੀ ਪਾਵਰ ਆਫ ਥਿੰਕਿੰਗ ਜਾਂ ਤੀਕਰ ਕਾਇਮ ਹੈ, ਚੁੱਪ ਕਦੇ ਵੱਟੀ ਜਾ ਸਕਦੀ ਹੈ? ਫੁਰਨੇ ਥਾਟਸ ਐਂਡ ਆਈਡੀਆਜ਼ ਜ਼ਰੂਰ ਫੁਰੀ ਜਾਣਗੇ, ਅਤੇ ਇਹਨਾਂ ਫੁਰਨਿਆਂ ਦੁਆਰਾ ਜੋ ਕੁਝ ਵੀ ਚਿਤਵਿਆ ਅਤੇ ਸੋਚਿਆ ਜਾਵੇਗਾ ਉਹ ਹੀ ਸਰੂਪ ਹੋਵੇਗਾ ਜਿਸ ਦੇ ਕਿ ਫੁਰਨੇ ਅੰਸ਼ ਹਨ। ਬਸ ਆਪ ਦੀ ਅਹੰਗਤਾ ਈਗੋਟਿਜ਼ਮ ਬਣੀ ਬਣਾਈ ਹੀ ਰਹੇਗੀ। ਡਾਕਟਰ ਤਦ ਫਿਰ ਇਸ ਅਹੰਗਤਾ ਦਾ ਵਿਨਾਸ਼ ਹੋਵੇ ਤਾਂ ਕਿੱਕੂ ਹੋਵੇ, ਜਾਂ ਤੇ ਉਸ ਸਰੂਪ ਦਾ ਗਿਆਨ ਪ੍ਰਾਪਤ ਹੋਵੇ? ਸਿੰਘ ਇਹ ਕੇਵਲ ਉਸ ਸਰੂਪ ਦੇ ਗਿਆਨ ਵਾਲੇ ਅਥਵਾ ਗਿਆਨ ਸੰਪੰਨ ਗੁਣਾਂ ਦੀ ਪ੍ਰਾਪਤੀ ਦੁਆਰਾ ਹੋ ਸਕਦਾ ਹੈ। ਡਾਕਟਰ ਅਜਿਹੇ ਗੁਣਾਂ ਦੀ ਪ੍ਰਾਪਤੀ ਕਿੱਥੋਂ ਹੋਵੇ? ਸਿੰਘ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਹੋ ਸਕਦੀ ਹੈ। ਡਾਕਟਰ ਹੈ ਇਹ ਕਿਸ ਤਰ੍ਹਾਂ? ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਉਹਨਾਂ ਗੁਣਾਂ ਦਾ ਖਜ਼ਾਨਾ ਹਨ। ਇੱਥੋਂ ਅਤੇ ਕੇਵਲ ਇੱਥੋਂ ਹੀ ਉਕਤ ਗੁਣਾਂ ਦੀ ਪ੍ਰਾਪਤੀ ਹੋ ਸਕਦੀ ਹੈ। ਡਾਕਟਰ ਹੈ ਉਸ ਸਰੂਪ ਦਾ ਸਾਖਿਆਤ ਗਿਆਨ ਤਾਂ ਕੇਵਲ ਉਹਨਾਂ ਗੁਣਾਂ ਤੋਂ ਹੀ ਹੋ ਸਕਦਾ ਹੈ ਜੋ ਉਸ ਸਰੂਪ ਦੀ ਅੰਸ਼ ਹੋਣ? ਸਿੰਘ ਉਹ ਸਰੂਪ ਕੀ ਉਸ ਤੋਂ ਵੀ ਵੱਡੇ ਅਤੇ ਅਦਭੁਤ ਸਰੂਪ ਦਾ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁੰਦਾ ਹੈ? ਡਾਕਟਰ ਉਹ ਕਿਹੜਾ ਸਰੂਪ ਹੈ? ਸਿੰਘ ਉਹ ਸਰੂਪ ਅਕਾਲ ਪੁਰਖ ਦਾ ਹੈ ਜਿਸ ਨੂੰ ਪਰਮ ਆਤਮਾ, ਡਿਵਾਈਨ ਸੋਲ, ਪਰਫੈਕਟ ਸਪਿਰਿਟ ਕਹੀਦਾ ਹੈ, ਅਤੇ ਉਹ ਸਰੂਪ ਜਿਸ ਨੂੰ ਆਪ ਲੱਭਦੇ ਹੋ ਉਸ ਨੂੰ ਆਤਮਾ, ਸੋਲ, ਸਪਿਰਿਟ ਕਹੀਦਾ ਹੈ, ਅਤੇ ਇਹ ਸਰੂਪ ਅਰਥਾਤ ਆਤਮਾ ਉਸ ਸਰੂਪ ਅਰਥਾਤ ਪਰਮ ਆਤਮਾ ਦੀ ਅੰਸ਼ ਹੈ। ਡਾਕਟਰ ਪਰੰਤੂ ਇਸ ਅਦਭੁਤ ਸਰੂਪ ਦਾ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਕਿਸ ਤਰ੍ਹਾਂ ਹੋ ਸਕਦਾ ਹੈ? ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸੇ ਅਦਭੁਤ ਸਰੂਪ ਦੇ ਗੁਣਾਂ ਦਾ ਖਜ਼ਾਨਾ ਜੋ ਹੋਏ ਅਤੇ ਇਹਨਾਂ ਗੁਣਾਂ ਦਾ ਗਿਆਨ ਹੀ ਅਕਾਲ ਪੁਰਖ ਦੇ ਸਰੂਪ ਦਾ ਗਿਆਨ ਹੈ। ਡਾਕਟਰ ਨਹੀਂ ਜੀ, ਸਰੂਪ ਦਾ ਗਿਆਨ ਹੋਰ ਗੱਲ ਹੈ ਅਤੇ ਗੁਣਾਂ ਦਾ ਗਿਆਨ ਹੋਰ ਗੱਲ ਹੈ। ਸਿੰਘ ਹੋਰ ਗੱਲ ਨਹੀਂ, ਇੱਕੋ ਹੀ ਗੱਲ ਹੈ। ਡਾਕਟਰ ਇੱਕੋ ਗੱਲ?
ਕਿਸ ਤਰ੍ਹਾਂ ਸਰੂਪ ਦੇ ਗਿਆਨ ਅਤੇ ਗੁਣਾਂ ਦੇ ਗਿਆਨ ਵਿੱਚ ਵੱਡਾ ਭਿੰਨ ਭੇਦ ਭਾਸਦਾ ਹੈ, ਏਕਤਾ ਕਿਸ ਤਰ੍ਹਾਂ ਹੋ ਸਕਦੀ ਹੈ? ਸਿੰਘ, ਸਰੂਪ ਅਤੇ ਗੁਣਾਂ ਦੀ ਜੋ ਅਭੇਦਤਾ ਹੋਈ, ਤਦ ਗਿਆਨ ਦੀ ਭੇਦਤਾ ਜਾਂ ਭਿੰਨਤਾ ਕਿੱਕੂ ਬਣ ਸਕਦੀ ਹੈ? ਅਰਥਾਤ ਜਦ ਸਰੂਪ ਗੁਣਾਂ ਤੋਂ ਭਿੰਨ ਨਹੀਂ, ਤਦ ਗੁਣਾਂ ਦਾ ਗਿਆਨ ਸਰੂਪ ਦਾ ਹੀ ਗਿਆਨ ਹੋਇਆ? ਗਿਆਨ ਦੀ ਏਕਤਾ ਸਿੱਧ ਹੋਈ ਕਿ ਨਾ ਹੋਈ? ਡਾਕਟਰ, ਪਰ ਸਰੂਪ ਦੀ ਅਤੇ ਗੁਣਾਂ ਦੀ ਏਕਤਾ ਅਭੇਦਤਾ ਕਿਸ ਤਰ੍ਹਾਂ ਬਣ ਸਕਦੀ ਹੈ? ਸਿੰਘ, ਭੇਦਤਾ ਭਿੰਨਤਾ ਕਿੱਕੂ ਬਣ ਸਕਦੀ ਹੈ ਜਦਕਿ ਅੱਗੇ ਪਹਿਲਾਂ ਸਿੱਧ ਹੋ ਚੁੱਕਾ ਹੈ ਕਿ ਗੁਣੀ ਗੁਣਾਂ ਤੋਂ ਭਿੰਨ ਨਹੀਂ ਹੁੰਦਾ ਅਤੇ ਜਿਸ ਨੂੰ ਆਪ ਵੀ ਮੰਨ ਚੁੱਕੇ ਹੋ। ਡਾਕਟਰ, ਪ੍ਰਗਟ ਸਰੂਪ ਵਜੂਦ ਦੇ ਪ੍ਰਗਟ ਗੁਣਾਂ ਵਿੱਚ ਤਾਂ ਬੇਸ਼ੱਕ ਕੋਈ ਭਿੰਨ ਭੇਦ ਨਹੀਂ ਹੁੰਦਾ, ਪਰੰਤੂ ਗੁਪਤ ਗੁਣੀ ਦਾ ਸਰੂਪ ਉਸ ਦੇ ਗੁਣਾਂ ਤੋਂ ਜ਼ਰੂਰ ਵੱਖਰਾ ਅਤੇ ਭਿੰਨ ਮੰਨਣਾ ਪਊ, ਅਤੇ ਜੇ ਵੱਖਰਾ ਨਾ ਮੰਨਿਆ ਜਾਏ ਤਾਂ ਉਸ ਸਰੂਪ ਦੇ ਵਜੂਦ ਹਸਤੀ ਤੋਂ ਉੱਕਾ ਮੁਕਰਨਾ ਪਊਗਾ। ਸਿੰਘ, ਹਸਤੀ ਤੋਂ ਤਾਂ ਤਦ ਮੁਕਰਿਆ ਜਾਏ ਜੇ ਗੁਣਾਂ ਨੂੰ ਨਾ ਮੰਨਿਆ ਜਾਏ, ਕਿਉਂਕਿ ਹਸਤੀ ਕੇਵਲ ਗੁਣਾਂ ਕਰਕੇ ਹੀ ਕਾਇਮ ਹੈ, ਬਿਨਾਂ ਗੁਣਾਂ ਦੇ ਹਸਤੀ ਕੇ ਹੀ। ਸੋ ਕੇਵਲ ਗੁਣਾਂ ਕਰਕੇ ਹੀ ਹਸਤੀ ਕਾਇਮ ਹੈ। ਡਾਕਟਰ, ਪਰੰਤੂ ਪ੍ਰਗਟ ਸਰੂਪ ਦੇ ਗੁਣ ਹੀ ਗੁਣ ਸਿੱਧ ਹੋਏ, ਖੋਜ ਕੀਤੀ ਤੋਂ ਸਰੂਪ ਦੀ ਹਸਤੀ ਵਜੂਦ ਤਾਂ ਵਾਸਤਵ ਵਿੱਚ ਕੋਈ ਸਿੱਧ ਨਾ ਹੋਈ, ਐਵੇਂ ਭਰਮ ਹੀ ਭਰਮ ਨਿਕਲਿਆ। ਸਿੰਘ, ਇੱਥੇ ਇੱਕ ਨਵੀਨ ਭੇਦ ਹੈ ਜਿਸ ਦੇ ਪ੍ਰਗਟ ਹੋਣ ਤੋਂ ਆਪ ਹੋਰ ਵੀ ਅਸਚਰਜ ਹੋਵੋਗੇ। ਡਾਕਟਰ, ਉਹ ਕੀ? ਸਿੰਘ, ਪ੍ਰਗਟ ਸਰੂਪ ਦੀ ਜਿਵੇਂ ਹਸਤੀ ਭਰਮ ਮਾਤਰ ਹੈ, ਤਿਵੇਂ ਉਸ ਦੇ ਗੁਣ ਵੀ ਭਰਮ ਮਾਤਰ ਹਨ। ਡਾਕਟਰ, ਹੈ, ਇਹ ਤਾਂ ਹੋਰ ਵੀ ਅਲੌਕਿਕ ਗੱਲ ਸੁਣੀ, ਇਹ ਭਲਾ ਕਦੇ ਮੰਨਣ ਯੋਗ ਗੱਲ ਹੋ ਸਕਦੀ ਹੈ? ਸਿੰਘ, ਆਪ ਦੇ ਪ੍ਰਗਟ ਸਰੂਪ ਦਾ ਜਿਵੇਂ ਭਰਮ ਮਾਤਰ ਹੋਣਾ ਸਿੱਧ ਹੋ ਚੁੱਕਾ ਹੈ, ਉਵੇਂ ਜਿਵੇਂ ਪ੍ਰਗਟ ਗੁਣਾਂ ਨੇ ਵੀ ਭਰਮ ਮਾਤਰ ਹੀ ਸਿੱਧ ਹੋ ਜਾਣਾ ਹੈ, ਅਤੇ ਜਿਸ ਤਰ੍ਹਾਂ ਆਪ ਪ੍ਰਗਟ ਸਰੂਪ ਦੇ ਭਰਮ ਮਾਤਰ ਸਿੱਧ ਹੋਣ ਤੋਂ ਪ੍ਰਥਮ ਉਕਤ ਸਰੂਪ ਦੀ ਹਸਤੀ ਨੂੰ ਅਣ ਹੋਇਆ ਜੱਫਾ ਪਾਈ ਬੈਠੇ ਸੀ ਅਤੇ ਉਸ ਦੇ ਭਰਮ ਮਾਤਰ ਹੋਣ ਨੂੰ ਨਹੀਂ ਸੀ ਮੰਨਦੇ, ਸੋ ਇਸੇ ਪ੍ਰਕਾਰ ਆਪ ਦਾ ਪ੍ਰਗਟ ਗੁਣਾਂ ਦੀ ਹਸਤੀ ਦੇ ਭਰਮ ਮਾਤਰ ਹੋਣ ਨੂੰ ਨਾ ਮੰਨਣ ਯੋਗ ਆਖਣਾ ਵੀ ਉਦੋਂ ਤੀਕਰ ਹੈ ਜਦ ਤਾਈਂ ਆਪ ਨੂੰ ਸੱਚਮੁੱਚ ਸਿੱਧ ਕਰਕੇ ਨਾ ਦਿਖਾ ਦਿੱਤਾ ਜਾਵੇ ਕਿ ਉਕਤ ਗੁਣਾਂ ਦੀ ਹਸਤੀ ਠੀਕ ਭਰਮ ਮਾਤਰ ਹੈ। ਡਾਕਟਰ, ਹੋਰ ਤਾਂ ਆਪ ਸਿੱਧ ਕਰਦੇ ਹੀ ਕਰੋਗੇ, ਪਹਿਲਾਂ ਆਪ ਦਾ ਉਕਤ ਗੁਣਾਂ ਦੀ ਹਸਤੀਮਈ ਪਦ ਵਰਤਣਾ ਜੋ ਕਿ ਹੁਣ ਤੱਕ ਵਰਤਦੇ ਰਹੇ ਹੋ, ਅਤੇ ਫਿਰ ਉਕਤ ਗੁਣਾਂ ਨੂੰ ਭਰਮ ਮਾਤਰ ਆਖ ਕੇ ਪੁਕਾਰਨਾ, ਇਹਨਾਂ ਦੋਹਾਂ ਗੱਲਾਂ ਵਿੱਚ ਹੀ ਪਰਸਪਰ ਵਿਰੋਧ ਹੈ, ਕੰਟਰਾਡਿਕਸ਼ਨ ਹੈ। ਗੁਣਾਂ ਦੀ ਹਸਤੀ ਨੂੰ ਮੰਨ ਕੇ ਫਿਰ ਉਹਨਾਂ ਹੀ ਗੁਣਾਂ ਨੂੰ ਭਰਮ ਮਾਤਰ ਆਖਣਾ ਕੀ ਅਰਥ ਰੱਖਦਾ ਹੈ?